ਯਾਰ ਹੱਦ ਹੋ ਗਈ ਹੁਣ ਤਾਂ ਸਬਰ ਦਾ ਦੇ ਬੰਧ ਟੁੱਟਦੇ ਜਾਂਦੇ ਆ ਜੀ। ਹੁਣ ਵੀ ਨਾ ਪੰਜਾਬ ਜਾਗ ਗਿਆ, ਹੁਣ ਵੀ ਨਾ ਉੱਠਿਆ, ਤਾਂ ਫਿਰ ਇਹ ਵਾਰੀ ਸਾਰਿਆਂ 'ਤੇ ਆਉਣੀ ਹੈ, ਇਹ ਯਾਦ ਰੱਖਿਓ। 370 ਅੱਧਾ ਕਤਲ ਦੇ ਨਾਲ 11 ਧਰਾਵਾਂ ਹੋਰ ਠੋਕਤੀਆਂ। ਉਸੇ ਦਿਨ ਹੀ 3 ਨੂੰ ਰਾਤ ਨੂੰ ਪਰਚਾ ਦੇਤਾ। ਲਿਖਤੀ ਸਮਝੌਤਾ ਕਰਕੇ ਜਾਂਦੇ ਆ, ਬੋਲ ਕੇ ਜਾਂਦੇ ਆ ਹਜ਼ਾਰਾਂ ਦੇ ਇਕੱਠ 'ਚ ਵੀ 10 ਤਰੀਕ ਤੱਕ ਅਸੀਂ ਭਾਨਾ ਭਾਈ ਛੱਡ ਦਿਆਂਗੇ ਪੜਤਾਲ ਕਰਕੇ। ਦੂਜੇ ਪਾਸੇ 307 ਅੱਧਾ ਕਤਲ ਲਾ ਕੇ ਦੋਨੇ ਭੈਣਾਂ ਭਾਨੇ ਦੀਆਂ, ਭਰਾ ਛੋਟਾ, ਬਾਪੂ, ਪਿੰਡ ਦਾ ਸਰਪੰਚ, ਪਿੰਡ ਦੇ ਪੰਚ, ਹੋਰ ਜਿੰਨੇ ਨੌਜਵਾਨ ਮੁੰਡੇ ਨਾਲ ਸੀਗੇ, ਕੋਈ ਵੀਡੀਓ ਬਣਾਉਣ ਵਾਲਾ ਸੀ, ਕੋਈ ਸੋਸ਼ਲ ਮੀਡੀਆ ਵਾਲਾ ਸੀ, ਸਾਰਿਆਂ ਨੂੰ 307 'ਚ ਮੜਤਾ। ਇੱਕ ਭੈਣ ਤਾਂ ਵਿਚਾਰੀ ਜਿਹੜੀ ਸਕੂਲ 'ਚ ਸਰਕਾਰੀ ਟੀਚਰ ਆ, ਪ੍ਰਾਇਮਰੀ ਸਕੂਲ ਦੇ ਵਿੱਚ ਮਾਸਟਰ ਆ, ਹੈੱਡ ਮਾਸਟਰ ਆ, ਉਹ ਉਸ ਦਿਨ ਉਹਦੀ ਡਿਊਟੀ ਉੱਥੇ ਹਾਜ਼ਰੀ ਪਈ ਹੋਈ ਆ ਸਕੂਲ 'ਚ, ਉਹ ਇਕੱਠ 'ਚ ਵੀ ਨਹੀਂ ਗਈ ਕਿਸੇ 'ਚ, ਚੱਕ ਕੇ ਉੱਥੇ ਵੀ ਪਰਚਾ। ਦੂਜੀ ਕੁੜੀ ਘਰ ਆ, ਭੈਣ ਉੱਤੇ ਵੀ ਪਰਚਾ, ਬਾਪੂ ਘਰ ਉੱਤੇ ਵੀ ਪਰਚਾ, ਭਰਾ 'ਤੇ ਵੀ ਪਰਚਾ, ਸਾਡੇ 'ਤੇ ਕਰ ਦਿੰਦਾ, ਪਰ ਇੱਥੋਂ ਤੱਕ ਤੁਸੀਂ ਆ ਜਾਓਗੇ, ਇੱਥੋਂ ਇਸ ਪੱਧਰ ਤੱਕ ਗਿਰ ਜਾਓਗੇ ਯਾਰ, ਇਹ ਸੋਚਿਆ ਨਹੀਂ ਸੀ ਪੰਜਾਬ ਦੇ ਲੋਕਾਂ ਨੇ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ। ਬੋਲ ਕੇ ਜਾਂਦੇ ਆ, ਦੂਜੇ ਪਾਸੇ ਮੁਕੱਦਮੇ ਦੇ ਰਹੇ ਆ, 10 ਤਰੀਕ ਦਾ ਸਮਾਂ ਲੈਂਦੇ ਆ, ਉਦੋਂ ਪਹਿਲਾਂ ਹੀ ਪਰਚੇ ਪਾ ਦਿੰਦੇ ਆ। ਕਿੱਥੇ ਰਹਿ ਗਈ ਫਿਰ ਇਹਦੀ ਜ਼ਬਾਨ, ਮੈਂ ਪੁੱਛਣਾ ਚਾਹੁੰਦਾ ਕਿੱਥੇ ਇਹਦੀ ਜ਼ਬਾਨ ਯਾਰ। ਕੋਈ ਗੱਲ ਨਹੀਂ, ਅਸੀਂ 10 ਤਰੀਕ ਤੱਕ ਸਾਡਾ ਕੋਈ ਬਿਆਨ ਨਹੀਂ, 10 ਤਰੀਕ ਤੱਕ ਸਮਾਂ ਲਿਆ ਇਹਨਾਂ ਨੇ, 10 ਤੱਕ ਸਾਡਾ ਕੋਈ ਬਿਆਨ ਨਹੀਂ ਇਸ ਗੱਲ ਦੇ ਉੱਤੇ। ਯਾਰ ਹੱਦ ਹੋ ਗਈ ਹੁਣ ਤਾਂ ਸਬਰ ਦਾ ਦੇ ਬੰਧ ਟੁੱਟਦੇ ਜਾਂਦੇ ਆ ਜੀ। ਹੁਣ ਵੀ ਨਾ ਪੰਜਾਬ ਜਾਗ ਗਿਆ, ਹੁਣ ਵੀ ਨਾ ਉੱਠਿਆ, ਤਾਂ ਫਿਰ ਇਹ ਵਾਰੀ ਸਾਰਿਆਂ 'ਤੇ ਆਉਣੀ ਹੈ, ਇਹ ਯਾਦ ਰੱਖਿਓ। 307 ਅੱਧਾ ਕਤਲ ਦੇ ਨਾਲ 11 ਧਰਾਵਾਂ ਹੋਰ ਠੋਕਤੀਆਂ। ਉਸੇ ਦਿਨ ਹੀ 3 ਨੂੰ ਰਾਤ ਨੂੰ ਪਰਚਾ ਦੇਤਾ। ਲਿਖਤੀ ਸਮਝੌਤਾ ਕਰਕੇ ਜਾਂਦੇ ਆ, ਬੋਲ ਕੇ ਜਾਂਦੇ ਆ ਹਜ਼ਾਰਾਂ ਦੇ ਇਕੱਠ 'ਚ ਵੀ 10 ਤਰੀਕ ਤੱਕ ਅਸੀਂ ਭਾਨਾ ਭਾਈ ਛੱਡ ਦਿਆਂਗੇ ਪੜਤਾਲ ਕਰਕੇ। ਦੂਜੇ ਪਾਸੇ 307 ਅੱਧਾ ਕਤਲ ਲਾ ਕੇ ਦੋਨੇ ਭੈਣਾਂ ਭਾਨੇ ਦੀਆਂ, ਭਰਾ ਛੋਟਾ, ਬਾਪੂ, ਪਿੰਡ ਦਾ ਸਰਪੰਚ, ਪਿੰਡ ਦੇ ਪੰਚ, ਹੋਰ ਜਿੰਨੇ ਨੌਜਵਾਨ ਮੁੰਡੇ ਨਾਲ ਸੀਗੇ, ਕੋਈ ਵੀਡੀਓ ਬਣਾਉਣ ਵਾਲਾ ਸੀ, ਕੋਈ ਸੋਸ਼ਲ ਮੀਡੀਆ ਵਾਲਾ ਸੀ, ਸਾਰਿਆਂ ਨੂੰ 307 'ਚ ਮੜਤਾ। ਇੱਕ ਭੈਣ ਤਾਂ ਵਿਚਾਰੀ ਜਿਹੜੀ ਸਕੂਲ 'ਚ ਸਰਕਾਰੀ ਟੀਚਰ ਆ, ਪ੍ਰਾਇਮਰੀ ਸਕੂਲ ਦੇ ਵਿੱਚ ਮਾਸਟਰ ਆ, ਹੈੱਡ ਮਾਸਟਰ ਆ, ਉਹ ਉਸ ਦਿਨ ਉਹਦੀ ਡਿਊਟੀ ਉੱਥੇ ਹਾਜ਼ਰੀ ਪਈ ਹੋਈ ਆ ਸਕੂਲ 'ਚ, ਉਹ ਇਕੱਠ 'ਚ ਵੀ ਨਹੀਂ ਗਈ ਕਿਸੇ 'ਚ, ਚੱਕ ਕੇ ਉੱਥੇ ਵੀ ਪਰਚਾ। ਦੂਜੀ ਕੁੜੀ ਘਰ ਆ, ਭੈਣ ਉੱਤੇ ਵੀ ਪਰਚਾ, ਬਾਪੂ ਘਰ ਉੱਤੇ ਵੀ ਪਰਚਾ, ਭਰਾ 'ਤੇ ਵੀ ਪਰਚਾ, ਸਾਡੇ 'ਤੇ ਕਰ ਦਿੰਦਾ, ਪਰ ਇੱਥੋਂ ਤੱਕ ਤੁਸੀਂ ਆ ਜਾਓਗੇ, ਇੱਥੋਂ ਇਸ ਪੱਧਰ ਤੱਕ ਗਿਰ ਜਾਓਗੇ ਯਾਰ, ਇਹ ਸੋਚਿਆ ਨਹੀਂ ਸੀ ਪੰਜਾਬ ਦੇ ਲੋਕਾਂ ਨੇ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ। ਬੋਲ ਕੇ ਜਾਂਦੇ ਆ, ਦੂਜੇ ਪਾਸੇ ਮੁਕੱਦਮੇ ਦੇ ਰਹੇ ਆ, 10 ਤਰੀਕ ਦਾ ਸਮਾਂ ਲੈਂਦੇ ਆ, ਉਦੋਂ ਪਹਿਲਾਂ ਹੀ ਪਰਚੇ ਪਾ ਦਿੰਦੇ ਆ। ਕਿੱਥੇ ਰਹਿ ਗਈ ਫਿਰ ਇਹਦੀ ਜ਼ਬਾਨ, ਮੈਂ ਪੁੱਛਣਾ ਚਾਹੁੰਦਾ ਕਿੱਥੇ ਇਹਦੀ ਜ਼ਬਾਨ ਯਾਰ। ਕੋਈ ਗੱਲ ਨਹੀਂ, ਅਸੀਂ 10 ਤਰੀਕ ਤੱਕ ਸਾਡਾ ਕੋਈ ਬਿਆਨ ਨਹੀਂ, 10 ਤਰੀਕ ਤੱਕ ਸਮਾਂ ਲਿਆ ਇਹਨਾਂ ਨੇ, 10 ਤੱਕ ਸਾਡਾ ਕੋਈ ਬਿਆਨ ਨਹੀਂ ਇਸ ਗੱਲ ਦੇ ਉੱਤੇ। ਯਾਰ ਹੱਦ ਹੋ ਗਈ ਹੁਣ ਤਾਂ ਸਬਰ ਦਾ ਦੇ ਬੰਧ ਟੁੱਟਦੇ ਜਾਂਦੇ ਆ ਜੀ। ਹੁਣ ਵੀ ਨਾ ਪੰਜਾਬ ਜਾਗ ਗਿਆ, ਹੁਣ ਵੀ ਨਾ ਉੱਠਿਆ, ਤਾਂ ਫਿਰ ਇਹ ਵਾਰੀ ਸਾਰਿਆਂ 'ਤੇ ਆਉਣੀ ਹੈ, ਇਹ ਯਾਦ ਰੱਖਿਓ। 307 ਅੱਧਾ ਕਤਲ ਦੇ ਨਾਲ 11 ਧਰਾਵਾਂ ਹੋਰ ਠੋਕਤੀਆਂ। ਉਸੇ ਦਿਨ ਹੀ 3 ਨੂੰ ਰਾਤ ਨੂੰ ਪਰਚਾ ਦੇਤਾ। ਲਿਖਤੀ ਸਮਝੌਤਾ ਕਰਕੇ ਜਾਂਦੇ ਆ, ਬੋਲ ਕੇ ਜਾਂਦੇ ਆ ਹਜ਼ਾਰਾਂ ਦੇ ਇਕੱਠ 'ਚ ਵੀ 10 ਤਰੀਕ ਤੱਕ ਅਸੀਂ ਭਾਨਾ ਭਾਈ ਛੱਡ ਦਿਆਂਗੇ ਪੜਤਾਲ ਕਰਕੇ। ਦੂਜੇ ਪਾਸੇ 307 ਅੱਧਾ ਕਤਲ ਲਾ ਕੇ ਦੋਨੇ ਭੈਣਾਂ ਭਾਨੇ ਦੀਆਂ, ਭਰਾ ਛੋਟਾ, ਬਾਪੂ, ਪਿੰਡ ਦਾ ਸਰਪੰਚ, ਪਿੰਡ ਦੇ ਪੰਚ, ਹੋਰ ਜਿੰਨੇ ਨੌਜਵਾਨ ਮੁੰਡੇ ਨਾਲ ਸੀਗੇ, ਕੋਈ ਵੀਡੀਓ ਬਣਾਉਣ ਵਾਲਾ ਸੀ, ਕੋਈ ਸੋਸ਼ਲ ਮੀਡੀਆ ਵਾਲਾ ਸੀ, ਸਾਰਿਆਂ ਨੂੰ 307 'ਚ ਮੜਤਾ। ਇੱਕ ਭੈਣ ਤਾਂ ਵਿਚਾਰੀ ਜਿਹੜੀ ਸਕੂਲ 'ਚ ਸਰਕਾਰੀ ਟੀਚਰ ਆ, ਪ੍ਰਾਇਮਰੀ ਸਕੂਲ ਦੇ ਵਿੱਚ ਮਾਸਟਰ ਆ, ਹੈੱਡ ਮਾਸਟਰ ਆ, ਉਹ ਉਸ ਦਿਨ ਉਹਦੀ ਡਿਊਟੀ ਉੱਥੇ ਹਾਜ਼ਰੀ ਪਈ ਹੋਈ ਆ ਸਕੂਲ 'ਚ, ਉਹ ਇਕੱਠ 'ਚ ਵੀ ਨਹੀਂ ਗਈ ਕਿਸੇ 'ਚ, ਚੱਕ ਕੇ ਉੱਥੇ ਵੀ ਪਰਚਾ। ਦੂਜੀ ਕੁੜੀ ਘਰ ਆ, ਭੈਣ ਉੱਤੇ ਵੀ ਪਰਚਾ, ਬਾਪੂ ਘਰ ਉੱਤੇ ਵੀ ਪਰਚਾ, ਭਰਾ 'ਤੇ ਵੀ ਪਰਚਾ, ਸਾਡੇ 'ਤੇ ਕਰ ਦਿੰਦਾ,
ਪਰ ਇੱਥੋਂ ਤੱਕ ਤੁਸੀਂ ਆ ਜਾਓਗੇ, ਇੱਥੋਂ ਇਸ ਪੱਧਰ ਤੱਕ ਗਿਰ ਜਾਓਗੇ ਯਾਰ। ਇਹ ਸੋਚਿਆ ਨਹੀਂ ਸੀ ਪੰਜਾਬ ਦੇ ਲੋਕਾਂ ਨੇ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ। ਬੋਲ ਕੇ ਜਾਂਦੇ ਆ, ਦੂਜੇ ਪਾਸੇ ਮੁਕੱਦਮੇ ਦੇ ਰਹੇ ਆ, 10 ਤਰੀਕ ਦਾ ਸਮਾਂ ਲੈਂਦੇ ਆ, ਉਦੋਂ ਪਹਿਲਾਂ ਹੀ ਪਰਚੇ ਪਾ ਦਿੰਦੇ ਆ। ਕਿੱਥੇ ਰਹਿ ਗਈ ਫਿਰ ਮੇਰੀ ਜ਼ਬਾਨ? ਮੈਂ ਪੁੱਛਣਾ ਚਾਹੁੰਦਾ ਕਿੱਥੇ ਮੇਰੀ ਜ਼ਬਾਨ ਯਾਰ? ਕੋਈ ਗੱਲ ਨਹੀਂ, ਅਸੀਂ 10 ਤਰੀਕ ਤੱਕ ਸਾਡਾ ਕੋਈ ਬਿਆਨ ਨਹੀਂ, 10 ਤਰੀਕ ਤੱਕ ਸਮਾਂ ਲਿਆ ਇਹਨਾਂ ਨੇ, 10 ਤੱਕ ਸਾਡਾ ਕੋਈ ਬਿਆਨ ਨਹੀਂ ਇਸ ਗੱਲ ਦੇ ਉੱਤੇ।